ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਤੁਹਾਡੇ ਨਾਲ ਇੱਕ ਨਰਮੇ ਦੀ ਫਸਲ ਨਾਲ ਸੰਬੰਧ ਜਾਣਕਾਰੀ ਸਾਂਝੀ ਕਰਨੀ ਹੈ ਕਿ ਡਰ ਦੇ ਵਿੱਚ ਹਮੇਸ਼ਾ ਹੀ ਲੁੱਟ ਹੁੰਦੀ ਹੈ ਕੋਈ ਵੀ ਕਿਸਾਨ ਹੋਵੇ ਕਿਸੇ ਵੀ ਖੇਤੀਬਾੜੀ ਨਾਲ ਸੰਬੰਧ ਰੱਖਦਾ ਹੋਵੇ ਕੋਈ ਵੀ ਫਸਲ ਲਾਉਂਦਾ ਹੋਵੇ ਪਰ ਨਰਮੇ ਦੀ ਫਸਲ ਦੇ ਰੇਟ ਬਹੁਤ ਜ਼ਿਆਦਾ ਚੰਗੇ ਆ ਤੇ ਬੀਜਾਂ ਦੇ ਵਿੱਚ ਕੋਈ ਜ਼ਿਆਦਾ ਸੁਧਾਰ ਨਹੀਂ ਹੋਇਆ ਪੈਸਟੀਸਾਈਡ ਦੇ ਹਜੇ ਜਿਹੜੇ ਆ ਉਹ ਐਡਵਰਟਾਈਜ਼ਮੈਂਟ ਬਾਅਦ ਦੇ ਵਿੱਚ ਆਉਣੇ ਆ ਵੀ ਕਿਹੜੀ ਪੈਸਟੀਸਾਈਡ ਕਿਸੇ ਕੰਮ ਦੇ ਵਿੱਚ ਆਪਣੇ ਆਉਂਦੀ ਗੁਲਾਬੀ ਸਿੰਡੀ ਨੂੰ ਕੰਟਰੋਲ ਕਰਨ ਵਿੱਚ ਜਾਂ ਨਹੀਂ ਪਰ ਜਿੰਨਾ ਖੇਤਾਂ ਦੇ ਵਿੱਚ ਛਟੀਆਂ ਪਈਆਂ ਹੈਗੀਆਂ ਜਾਂ ਜਿੰਨਾ ਖੇਤਾਂ ਦੇ ਵਿੱਚ ਨੇੜੇ ਕੋਈ ਮਿਲ ਹੈ ਜਾਂ ਜਿੰਨਾ ਖੇਤਾਂ ਦੇ ਨੇੜੇ ਪੱਠੇ ਆ ਜਿਨ੍ਹਾਂ ਦੇ ਜਿਹੜੀਆਂ ਛਟੀਆਂ ਨੂੰ ਸਟੋਰ ਕੀਤਾ ਜਾਂਦਾ ਜਾਂ ਕੋਈ ਇਸ ਤਰ੍ਹਾਂ ਦਾ ਹੈਗਾ ਵੀ ਸਟਬਲ ਬੈਂਕ ਬੈਂਕ ਬਣਾਇਆ ਹੋਇਆ ਤੇ ਉਸ ਦੇ ਵਿੱਚ ਉਹਨੂੰ ਕੁਤਰਾ ਕਰਕੇ ਫਿਰ ਹੋਰ ਜਗ੍ਹਾ ਤੇ ਲਿਜਾਇਆ ਜਾਂਦਾ ਜਾਂ ਕੋਈ ਕਾਗਜ਼ ਵਾਲੀ ਫੈਕਟਰੀ ਹੈ ਜਿੱਥੇ ਕਿ ਨਰਮੀ ਦੀਆਂ ਛਟੀਆਂ ਦਾ ਸਟਬਲ ਯੂਜ਼ ਕੀਤਾ ਜਾਂਦਾ ਜਾਂ ਪੱਠਿਆਂ ਦੇ ਵਿੱਚ ਤਾਂ ਇਹ ਦੀਆਂ ਸੁੰਡੀਆਂ ਦੀਆਂ ਜਿਹੜੀਆਂ ਸਟੇਜਾਂ ਜਿਹੜੀਆਂ ਇਸ ਸਮੇਂ ਜਿਹੜੇ ਲਾਰਵੇ ਆ ਸੁਸਤ ਰੂਪ ਵਿੱਚ ਪਏ ਹੋਏ ਆ ਜਦੋਂ ਹੀ ਉਹਨਾਂ ਨੂੰ ਇੱਕ ਰਿਲੇਅਵਲ ਟੈਂਪਰੇਚਰ ਲੱਗਿਆ ਜਦੋਂ 30 ਡਿਗਰੀ ਤੋਂ ਪਲੱਸ ਦਿਨ ਦਾ ਟੈਂਪਰੇਚਰ ਗਿਆ ਤੇ ਨਰਮੇ ਦੀ ਫਸਲ ਦੀ ਜਿਹੜੀ ਬਜਾਅਤ ਸ਼ੁਰੂ ਹੁੰਦੀ ਆ ਤਾਂ ਉਦੋਂ ਹੀ ਇਹਦੇ ਪਤੰਗੇ ਬਾਹਰ ਨਿਕਲਦੇ ਆ ਉਦੋਂ ਹੀ ਉਹ ਲਾਰਵਾ ਜਿਹੜੇ ਸੁਸਤ ਅਵਸਥਾ ਤੋਂ ਬਾਹਰ ਆ ਕੇ ਪਿਪਾ ਬਣਨੇ ਸ਼ੁਰੂ ਹੁੰਦੇ ਆ ਇਹ ਇੱਕ ਟੈਕਨੀਕਲ ਗੱਲਾਂ ਜਿਹੜੀਆਂ ਆਮ ਕਿਸਾਨ ਸੁਣਨਾ ਸਮਝਣਾ ਨਹੀਂ ਚਾਹੁੰਦਾ ਪਰ ਅਕਸਰ ਆਪਾਂ ਦੇਖਿਆ ਗਿਆ ਕਿ ਕਿਸੇ ਵੀ ਚੀਜ਼ ਨੂੰ ਕੰਟਰੋਲ ਕੁਦਰਤ ਹੀ ਕਰਦੀ ਆ ਕੁਦਰਤ ਹੀ ਉਸ ਚੀਜ਼ ਨੂੰ ਵਧਾਉਂਦੀ ਆ ਕੁਦਰਤ ਹੀ ਉਸ ਚੀਜ਼ ਨੂੰ ਘਟਾਉਂਦੀ ਆ ਜੇਕਰ ਜ਼ਿਆਦਾ ਗਰਮੀ ਪੈਂਦੀ ਆ ਤਾਂ ਆਪਣੇ ਲਈ ਲਾਹੇਵੰਦ ਹੋਵੇਗੀ ਇਹਦੀਆਂ ਜਿਹੜੀਆਂ ਸਟਾਰਟਿੰਗ ਅਵਸਥਾ ਵਾਲੀਆਂ ਸਟੇਜਾਂ ਗੁਲਾਬੀ ਸੁੰਡੀ ਨੂੰ ਕੰਟਰੋਲ ਕਰਦੀਆਂ ਉਹਨਾਂ ਦੇ ਵਿੱਚ ਜ਼ਿਆਦਾ ਵਾਧਾ ਨਹੀਂ ਹੋਵੇਗਾ ਗੁਲਾਬੀ ਸੁੰਡੀ ਘਟ ਹੋਵੇਗੀ ਲੇਟ ਹਮਲਾ ਕਰੇਗੀ ਤੈਓ ਘਟ ਸਵੇਦੀਆਂ ਵੈਰਾਈਟੀਆਂ ਤੇ ਜ਼ੋਰ ਦਿੱਤਾ ਜਾ ਰਿਹਾ ਪਰ ਇੱਕ ਗੱਲ ਆਪਾਂ ਨੂੰ ਸਾਰਿਆਂ ਨੂੰ ਇੱਕਠੇ ਹੋ ਕੇ ਕਰਨ ਦੀ ਜ਼ਰੂਰਤ ਹੈਗੀ ਆ ਕਿ ਆਪਾਂ ਜਲਾਤਾ ਨਹੀਂ ਸਕਦੇ ਛਟੀਆਂ ਨੂੰ ਆਪਾਂ ਕਿਸੇ ਪਰਦੇ ਥੱਲੇ ਜਾਂ ਕਿਸੇ ਉਹ ਛਟੀਆਂ ਨੂੰ ਜਿਹੜੀਆਂ ਖੇਤਾਂ ਦੇ ਵਿੱਚ ਸਟੋਰ ਕੀਤੀਆਂ ਹੋਊਗਾ ਜਾਂ ਖੇਤਾਂ ਦੇ ਨੇੜੇ ਸਟੋਰ ਕੀਤੀਆਂ ਹੋਈਆਂ ਈਵਨ ਕਿ ਇਹ ਵੀ ਦੇਖਿਆ ਗਿਆ ਕਿ ਪਿਛਲੇ ਜਿਹੜੇ ਜਿੱਥੇ ਗੁਲਾਬੀ ਸੁੰਡੀ ਦਾ ਹਮਲਾ ਜ਼ਿਆਦਾ ਸੀ ਤਾਂ ਉਹ ਟਾਣੀਆਂ ਦੇ ਨੇੜੇ ਜਾਂ ਪਿੰਡਾਂ ਦੇ ਨੇੜੇ ਜ਼ਿਆਦਾ ਸੀਗਾ ਪਿੰਡਾਂ ਦੀਆਂ ਨਿਆਈਆਂ ਦੇ ਖੇਤਾਂ ਦੇ ਨੇੜੇ ਜ਼ਿਆਦਾ ਸੀਗਾ ਜਿੱਥੇ ਕਿ ਰਾਤ ਦੇ ਸਮੇਂ ਲਾਈਟਾਂ ਜਗਦੀਆਂ ਸਟੱਵਲ ਦੇ ਵਿੱਚੋਂ ਜਿਹੜੇ ਲਾਰਵਾ ਤੋਂ ਪਿਪਾ ਬਣਦੇ ਆ ਫਿਰ ਪਤੰਗੇ ਬਣਦੇ ਆ ਤੇ ਫਿਰ ਉਹ ਮੀਟਿੰਗ ਕਰਨ ਤੋਂ ਬਾਅਦ ਅੰਡੇ ਦਿੰਦੇ ਆ ਖੇਤਾਂ ਦੇ ਪਰ ਜਿਹੜੀਆਂ ਆਪੋ ਆਪਣੇ ਆਪਣੇ ਖੇਤਾਂ ਦੇ ਵਿੱਚ ਪਈਆਂ ਹੋਈਆਂ ਉਹਨਾਂ ਛਟੀਆਂ ਨੂੰ ਆਪਾਂ ਝਾੜ ਕੇ ਅੰਦਰ ਰੱਖ ਲਏ ਤੇ ਉਹਦਾ ਜਿਹੜਾ ਬਚਿਆ ਹੋਇਆ ਮਲਬਾ ਉਹਨੂੰ ਆਪਾਂ ਜਲਾ ਦਿੱਤੇ ਤਾਂ ਕਿ ਇਹ ਜਿਹੜੀ ਇਹਨਾਂ ਦੀ ਸਟੇਜ ਮਲਟੀਪਲਾਈ ਹੋਣ ਦੇ ਵਿੱਚ ਜਿਹੜਾ ਰੋਲ ਆ ਉਹ ਘੱਟ ਹੋ ਸਕੇ ਇਹਨਾਂ ਦੀ ਸਟਾਰਟਿੰਗ ਅਵਸਥਾ ਦੇ ਵਿੱਚ ਜਿਹੜਾ ਹਮਲਾ ਹੋਣਾ ਉਹਦੀ ਮਿਕਦਾਰ ਘੱਟ ਹੋ ਸਕੇ ਜਿਹੜੀ ਬੀਜਾਂ ਦੇ ਨਾਲ ਅਜੇ ਤੱਕ ਕੋਈ ਵੀ ਇਸ ਤਰ੍ਹਾਂ ਦੀ ਟੈਕਨੋਲੋਜੀ ਸਾਹਮਣੇ ਨਹੀਂ ਆਈ ਕੋਈ ਜੀਨ ਬਣਿਆ ਹੋਵੇ ਜਾਂ ਕੋਈ ਸੀਡ ਇਸ ਤਰ੍ਹਾਂ ਦਾ ਬਣਿਆ ਹੋਵੇ ਜਿਹੜਾ ਕਿ ਸਿੰਗਲ ਟਾਈਮ ਬਹੁਤ ਜ਼ਿਆਦਾ ਫਰੂਟੀ ਲੈ ਲਵੇ ਅਗੇਤੀ ਲੈ ਲਵੇ ਤੇ ਬਹੁਤ ਜ਼ਿਆਦਾ ਘੱਟ ਸਮੇਂ ਦਾ ਹੋਵੇ ਜਾਂ ਉਹ ਤੇ ਗੁਲਾਬੀ ਸੁੰਡੀ ਨਾ ਆਵੇ ਐਦਾਂ ਦਾ ਅਜੇ ਤੱਕ ਕੋਈ ਵੀ ਜਿਹੜਾ ਸੀਡ ਨਿਕਲ ਕੇ ਸਾਹਮਣੇ ਨਹੀਂ ਆਇਆ ਹਾਲਾਂਕਿ ਗੁਜਰਾਤ ਦੀਆਂ ਪ੍ਰਾਈਵੇਟ ਕੰਪਨੀਆਂ ਬਹੁਤ ਜ਼ਿਆਦਾ ਦਾਅਵੇ ਕਰ ਰਹੀਆਂ ਕਿਸਾਨਾਂ ਤੋਂ ਕਾਫੀ ਚੰਗੇ ਪੈਸੇ ਵੀ ਲੈ 100 ਰੁਪਏ ਦੇ ਘੱਟ ਮਾਰਕੀਟ ਦੇ ਵਿੱਚ ਸੀਡ ਦਾ ਪੈਕਟ ਵੀ ਵਿਕ ਰਿਹਾ ਹੈਗਾ ਡਰੇ ਹੋਏ ਕਿਸਾਨ ਲੈ ਵੀ ਰਹੇ ਆ ਪਰ ਕੀ ਦਾ ਕੀ ਰਿਜ਼ਲਟ ਆਉਂਦਾ ਸਮਾਂ ਦੱਸੇਗਾ ਪਰ ਗੁਜਰਾਤ ਦੇ ਕਿਸਾਨ ਵੀ ਰੋਹ ਹੀ ਰਹੇ ਸੀਗੇ ਜਦੋਂ ਪਿਛਲੀ ਵਾਰ ਕਲਾਬੀ ਸੁੰਡੀ ਦਾ ਹਮਲਾ ਹੋਇਆ ਸੀ ਕਿਉਂਕਿ ਉਹਨਾਂ ਦੇ ਹਮਲਾ ਹੁੰਦੇ ਨੂੰ ਐਸ ਵਾਰ ਤੀਸਰਾ ਸਾਲ ਚੱਲਾ ਗਿਆ ਤੇ ਆਪਣੇ ਐਸ ਵਾਰ ਦੂਸਰਾ ਸਾਲ ਆਉਣਾ ਜਿੱਥੇ ਘੱਟ ਹਮਲਾ ਹੋਇਆ ਸੀ ਉੱਥੇ ਜ਼ਿਆਦਾ ਹੋਣਾ ਜਿੱਥੇ ਪਹਿਲਾਂ ਜ਼ਿਆਦਾ ਸੀ ਉੱਥੇ ਸ਼ੋਰ ਹ ਹਮਲਾ ਹੋਣਾ ਸ਼ੋਰ ਆ ਪਰ ਜਿੱਥੇ ਆਪਾਂ ਇਹਦੀ ਕ੍ਰੌਪ ਪ੍ਰੈਕਟਿਸ ਦੇ ਚੰਗੇ ਰੇਟ ਚੱਲ ਰਹੇ ਆ ਆਪਾਂ ਘੱਟ ਝਾੜ ਦੇ ਨਾਲ ਵੀ ਓਨੀ ਕਿ ਇਨਕਮ ले ਸਕਦੇ ਆ ਜਿਹੜੀਆਂ ਜ਼ਮੀਨਾਂ ਦੇ ਵਿੱਚ ਹੋਰ ਕੋਈ ਬਦਲ ਨਹੀਂ ਹੈਗਾ ਫਸਲ ਦਾ ਆਪਾਂ ਸਿਰਫ ਨਰਮਾ ਹੀ ਲਾਉਣਾ ਹੈਗਾ ਤਾਂ ਤੁਹਾਡੇ ਨਾਲ ਉਸ ਤਰ੍ਹਾਂ ਦੀਆਂ ਵੀਡੀਓ ਸਮੇਂ ਸਿਰ ਸਾਂਝੀਆਂ ਕਰਦੇ ਰਹਾਂਗੇ ਪਰ ਕਿਸੇ ਵੀ ਇਸ ਤਰ੍ਹਾਂ ਦੇ ਬੀਜ ਦੇ ਬਾਰੇ ਤੁਸੀਂ ਮਨ ਦੇ ਵਿੱਚ ਭੁਲੇਖਾ ਨਾ ਰੱਖਿਓ ਕਿ ਗੁਜਰਾਤ ਵਾਲੀਆਂ ਵੈਰੈਟੀਆਂ ਕੋਈ ਜ਼ਿਆਦਾ ਵਧੀਆ ਜਾਂ ਆਪਾਂ ਜ਼ਿਆਦਾ ਝਾੜ ਲੈ ਲਾਵਾਂਗੇ ਹਜੇ ਤੱਕ ਗੁਲਾਬੀ ਸੁੰਡੀ ਦੇ ਕੰਟਰੋਲ ਲਈ ਕੋਈ ਵੀ ਜਿਹੜਾ ਬੀਜ ਚੰਗੇ ਤਰੀਕੇ ਨਾਲ ਨਿਕਲ ਕੇ ਸਾਹਮਣੇ ਨਹੀਂ ਆਇਆ